ਹਾਲ ਚਾਲ ਹੈ? ਚਾਹ ਸ਼ੁਕਰ ਲੱਗ ਹਾਲ ਤੁਹਾਡੇ ਸਾਹਮਣੇ ਹਾਲ ਕੀ ਹੈ? ਗੁੱਡ ਨੇਮ ਕੀ ਹੈ? ਗੁੱਡ ਨੇਮ ਕੀ ਹੈ? ਮੇਰਾ ਨਾਮ ਮੁਹੰਮਦ ਉਸਮਾਨ ਹੈ। ਮੁਹੰਮਦ ਉਸਮਾਨ ਸਾਹਿਬ ਕੀ ਕਰਦੇ ਆ? ਜੁੱਤੀ ਦੁਕਾਨ ਹੈ ਜੀ। ਅੱਛਾ, ਸ਼ਾਪਸ ਤੇ ਗੁਜ਼ਰ ਬਸਰ ਕਿਵੇਂ ਜਾ ਰਿਹਾ? ਲੋ ਤੋ ਸੋਏ ਹੋਏ ਦੋ ਜ਼ਿੰਦਗੀ ਨਹੀਂ ਆਇਆ ਕਦੀ। ਕਿਉਂ? ਬੜਾ ਕੰਮ ਹੈ ਮਾਸ਼ਾਅੱਲਾ। ਅੱਛਾ, ਕੰਮ ਬਹੁਤ ਹੈ। ਲੋ ਵਿਲੇ ਨਹੀਂ ਕਦੀ ਬੈਠੇ, ਅੱਜ ਬਹਿ ਗਏ। ਮੇਰੇ ਅਗਰ ਕੰਮ ਬਹੁਤ ਜ਼ਿਆਦਾ ਤਾਂ ਬਾਹਰ ਕਿਉਂ ਬੈਠੇ? ਇਹ ਤਾਂ ਬਾਹਰ ਬੈਠੇ ਆ, ਅੰਦਰ ਰਸ਼ ਬੜਾ ਹੈ। ਆਹ ਖੋਰੀ ਖਾਣੇ ਕੇ ਲਈ ਰਸ਼ ਬੜਾ ਅੰਦਰ ਲਾ ਲਿਓ। ਓਹੋ, ਯਾਨੀ ਕਿ ਸਵੇਰ ਤੋਂ ਸ਼ਾਮ ਤੱਕ ਰਸ਼? ਆਹ ਕੋਈ ਪੈਸੇ ਬਾਹਰ ਆਂਦੇ ਜੇ ਬੈਂਕ ਤੋਂ। ਮੈਂ ਕਿਹਾ ਪ੍ਰਾਈਮ ਮਿਨਿਸਟਰ ਕੋ ਮੈਸੇਜ ਦੇਣਾ ਚਾਹੀਦਾ। ਉਹ ਪਏ ਹੋਏ ਬੰਦਾ ਦੁਬਾਰਾ ਇਹ 10 ਸਾਲ ਕੱਢੇ ਆ ਚਾਸਾ ਨਹੀਂ। ਮਾਲੂ 10 ਸਾਲ ਹੋਰ ਰਹਿਣਾ ਚਾਹੀਦਾ ਨੂੰ। ਜਨਾਬ ਜੀ, ਇਹ ਸਵਾਲ ਹੈ ਇੱਕ ਬਹੁਤ ਖੂਬਸੂਰਤ। ਜਨਾਬ, ਕਸ਼ਮੀਰੀ ਮੁਸਲਮਾਨ ਬਹਿਣ ਭਾਈਓ ਕੇ ਸਾਥ ਜੋ ਜ਼ੁਲਮ ਜ਼ਿਆਦਤੀ ਹੋ ਰਹਾ ਹੈ, ਇਸ ਕਾ ਦੋਸ਼ੀ ਕੌਣ ਹੈ? ਸਾਰੇ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਜੀ। ਅੱਛਾ, ਕੀ ਹਮੇ ਕਰਨਾ ਚਾਹੀਏ? ਆਪਕੀ ਕੀ رائے ਹੈ? ਸਾਰੇ ਮੁਸਲਮਾਨ ਇਕੱਠੇ ਹੋ ਜਾਣੇ, ਇਹ ਇਕੱਠੇ ਹੋ ਜਾਣੇ ਕੰਮ ਸਿੱਧਾ ਹੀ ਸਿੱਧਾ। ਯਾਨੀ ਕਿ ਆਲਮ ਇਸਲਾਮ ਦਾ ਇਤਿਹਾਦ ਜੋ ਜ਼ਰੂਰੀ ਹੈ। ਇਹ ਭਾਜੀ ਕੰਮ ਹੋਏਗਾ ਸੱਟ ਨਾ। ਉਹਨਾਂ ਨੇ ਸੀਟਾਂ ਬੰਦ ਕਰਾਤੀਆਂ ਨੇ। ਇਹ ਮੁਸਲਮਾਨ ਨੇ, ਇਹ ਕਾਫਰਾਂ ਨਾਲ ਬੜਿਆ ਹਕੂਮਤ ਕਾਫਰਾਂ ਦੀ ਆਈ ਹੈ। 56 ਕੰਟਰੀ ਹੈ ਮੁਸਲਮਾਨੋਂ ਕੇ, ਕੋਈ ਵੀ ਸਟੈਂਡ ਨਹੀਂ ਲੈ ਰਹਾ। ਤੋ ਆਪ ਕੈਸੇ ਸਮਝਦੇ ਕਿ ਕੌਣ ਸੇ ਸਟੈਪ ਉਠਾਏ ਕਿ ਇਹ ਹੱਲ ਆਸਾਨ ਹੋ ਜਾਵੇ? ਅੱਲਾ ਨੇ ਕੋਈ ਔਖਾ ਕੰਮ ਨਹੀਂ ਹੈ, ਬਹੁਤ ਸੌਖਾ ਹੈ। ਇਹ ਸਾਰੇ ਇੱਕ ਹੋ ਜਾਣਾ, ਕੋਈ ਬੰਦਾ ਲਾਗੇ ਨਹੀਂ ਲੱਗਿਆ ਕਸ਼ਮੀਰ ਦੇ। ਅੱਛਾ, ਆਹ ਸਮਝਦੇ ਆ ਕਿ ਸਭ ਇਕੱਠੇ ਹੋ ਜਾਏ ਤਾਂ ਮਸਲੇ ਹੱਲ ਹੋ ਜਾਏ? ਇਹਦਾ ਹੱਲ ਹੀ ਇਹ ਹੋਈ ਹੈ, ਹੋਰ ਹੱਲ ਹੀ ਕੋਈ ਨਹੀਂ ਹੈ। ਇਹ ਇਕੱਠੇ ਨਹੀਂ ਹੋ ਸਕਦੇ। ਟੇਬਲ ਟਾਕ ਜਾਂ ਜੰਗ, ਇਸ ਵਿੱਚ ਕੀ ਚੂਜ਼ ਕਰਨਾ ਚਾਹੀਦਾ? ਜੰਗ ਤਾਂ ਹੋਣੀ, ਜੰਗ ਦਾ ਕੰਮ ਹੀ ਨਹੀਂ ਹੈ। ਜੰਗ ਦਾ ਕੰਮ ਨਹੀਂ, ਟੇਬਲ ਟਾਕ ਦੇ ਜ਼ਰੀਏ ਇੰਡੀਆ ਗਵਰਨਮੈਂਟ ਮੰਨ ਜਾਏਗੀ। ਹਾਂ, ਟੇਬਲ ਟਾਕ ਦੇ ਜ਼ਰੀਏ ਮੰਨ ਜਾਏਗਾ, ਆਏਗੀ ਤੇ ਆਂਦੀ ਹੀ ਨਹੀਂ ਉਹਦੇ। ਅੱਛਾ, ਹਾਂਜੀ, ਆਏਗੀ ਤੇ ਹੋ ਜਾਏਗਾ। ये मोदी गवर्नमेंट, आपको पता है कि वो आरएसएस के गुंडों की गवर्नमेंट है। वहां पे कोई गुंडी हुंदा आया साडा मैच खेलन, 6-6 गेंदा दा कश्मीर ला लन। कौन सा मैच है? क्रिकेट। क्रिकेट मैच? हां, 6-6 गेंदा खेले, पूरा काम ही लमानी है। जब इंडिया पाकिस्तान का मैच होता है तो पाकिस्तानी टीम प्रेशराइज होती है। वो लड़ो फिक्स होया होता है। फिक्स होता है, काम ही फिक्स होया है। वैसे आप मानते हैं कि वो जीत जाएंगे? तो दसो, हर दफा वर्ल्ड कप में पाकिस्तान हारा है इंडिया से? लड़े तो फिक्स होया होता है, ये तो तुम्हें आता भी पता है। कर ला करो, फिक्स होता है। लो ਅੱਛਾ ਬਾਬਾ ਜੀ, ਆਪ ਕੀ ਕਰਨਾ ਚਾਹੀਏ? ਮੈਂ ਇਹ ਕਹਿਣਾ, ਜਿਹੜਾ ਇਮਰਾਨ ਖਾਨ ਹਕੂਮਤ 10 ਸਾਲ ਹੋਰ ਦਿਓ, ਬਿਲਕੁਲ ਬਿਲਕੁਲ ਯਾਰ, ਰੋਟੀ ਖਾਣ ਦੇ ਆਵਾਜ਼ ਆ ਰੋਟੀ ਖਾ ਰਹੇ ਨੇ, ਥੋੜ੍ਹੀ ਬਹੁਤ ਉਹ ਵੀ ਖਤਮ ਹੋ ਜਾਏਗੀ।